ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਉਣੀ ਦੀਆਂ ਫਸਲਾਂ ਦੇ MSP ਵਿਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਇਤਿਹਾਸਿਕ ਫੈਸਲਾ ਏ, ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਦੱਸ ਦਈਏ ਕਿ ਕਿਸਾਨਾਂ ਨੂੰ ਫਸਲ ਦੀ ਲਾਗਤ ਤੋਂ ਘੱਟੋ ਘੱਟ 1.5 ਗੁਣਾ ਮੁੱਲ ਦਿਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਮੋਦੀ ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਏ। ਕਾਬਲੇ ਗੌਰ ਹੈ ਕਿ ਪਹਿਲਾਂ ਫਸਲਾਂ ਦੇ MSP ਵਿਚ ਕਦੇ ਵੀ 80 ਰੁਪਏ ਤੋਂ ਜ਼ਿਆਦਾ ਦਾ ਵਾਧਾ ਨਹੀਂ ਕੀਤਾ ਗਿਆ ਸੀ, ਪਰ ਇਸ ਵਾਰ ਸਿੱਧਾ 200 ਰੁਪਏ ਦਾ ਵਾਧਾ ਕੀਤਾ ਗਿਆ ਏ। ਇਸ ਦੇ ਨਾਲ ਹੀ 1 ਕੁਇੰਟਲ ਝੋਨੇ ਦੀ ਘੱਟੋ ਘੱਟ ਕੀਮਤ 1750 ਰੁਪਏ ਹੋ ਜਾਵੇਗੀ। ਇੱਕ ਬਹੁਤ ਹੀ ਹਿਸਟੋਰਿਕ ਫੈਸਲਾ ਕੀਆ ਹੈ ਔਰ ਵੋ ਸੈਕਟਰ ਜੋ ਹਿੰਦੁਸਤਾਨ ਭਰ ਮੇਂ ਕਿਸਾਨ ਜੋ ਮੁਸ਼ਕਿਲ ਮੇਂ ਥਾ, ਉਸ ਮੁਸ਼ਕਿਲ ਮੇਂ ਸੇ ਉਨਕੋ ਨਿਕਾਲਨੇ ਪੇ ਇੱਕ ਬਹੁਤ ਬੜਾ ਫੈਸਲਾ, ਜਹਾਂ ਸਿੱਧੇ ਕਿਸਾਨ ਕੇ ਜੇਬ ਮੇਂ ਅਗਲੇ 3 ਮਹੀਨੇ ਕੇ ਅੰਦਰ ਕਈ ਹਜ਼ਾਰ ਰੁਪਏ ਜੋ ਉਸਕੇ ਸੋਚ ਵੀ ਨਹੀਂ ਸਕਤਾ ਥਾ ਵੋ ਐਕਸਟਰਾ ਜਾਏਂਗੇ, ਜਿਸਸੇ ਰੂਰਲ ਇਕੋਨਮੀ ਕੋ ਬਹੁਤ ਬੜਾ ਬੂਸਟ ਮਿਲੇਗਾ ਔਰ ਇਸ ਬੂਸਟ ਕੇ ਸਾਥ ਸਾਰੇ ਦੇਸ਼ ਮੇਂ ਤਰੱਕੀ ਬੜੇਗੀ। ਸੋ ਮੈਂ ਮੋਦੀ ਸਾਹਿਬ ਦਾ ਸ਼ੁਕਰਾਨਾ ਕਰਤੀ ਹੂੰ। ਜੇ ਪੰਜਾਬ ਕੀ ਬਾਤ ਕਰੇ, ਖਾਸ ਤੌਰ ਪੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ, ਛੋਟੇ ਸੇ ਛੋਟਾ ਕਿਸਾਨ ਜਿਸਕੇ ਪਾਸ 1 ਏਕੜ 2.5 ਏਕੜ ਜ਼ਮੀਨ ਹੈ, ਆਪਕੋ ਪਰ ਏਕੜ ਇਹ 200 ਰੁਪਏ MSP ਸੇ ਆਪਕੋ 7,000 ਸੇ ਲੈ ਕੇ 10,000 ਕਾ ਸਿੱਧਾ ਫਾਇਦਾ ਪਰ ਏਕੜ, ਮਤਲਬ ਮੋਦੀ ਸਾਹਿਬ ਨੇ ਆਪਕੋ ਸਿੱਧੇ 15-20 ਹਜ਼ਾਰ ਕੀ ਸੌਗਾਤ ਦੇ ਦੀ ਜੋ ਆਪਕੋ ਮਿਲੇਗੀ ਅਕਟੂਬਰ ਕੇ ਮਹੀਨੇ।